ਤੇ ਪਹਿਲਾ ਸਵਾਲ ਮੇਰਾ ਇਹ ਆ ਜਿਵੇਂ ਕਿ ਕੈਨੇਡਾ ਦੀ ਟੀਮ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੋਈ ਹੈਗੀ ਤੇ ਉੱਥੋਂ ਤੱਕ ਕਿੰਨੀ ਇੱਕ ਮਿਹਨਤ ਰਹੀ ਉੱਥੋਂ ਤੱਕ ਪਹੁੰਚਣ ਦੇ ਲਈ ਅ ਦੇਖੋ ਜਦੋਂ ਆਪਾਂ ਮਾਈਗ੍ਰੇਟ ਹੋ ਕੇ ਇਮੀਗ੍ਰੇਟ ਹੋ ਕੇ ਦੂਜੀ ਕੰਟਰੀ ਜਾਂਦੇ ਆ ਹਨ ਤੇ ਉੱਥੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਕਲਚਰ ਹੋਊਗਾ ਕਿਸ ਤਰ੍ਹਾਂ ਦੀ ਜੌਬਸ ਫਿਰ ਉੱਥੇ ਜਾ ਕੇ ਮੈਂ ਮੈਂ ਦੇਖਿਆ ਕਿ ਅ ਵੀ ਗੇਮ ਕੰਮਾਂ ਦੇ ਨਾਲ-ਨਾਲ ਗੇਮ ਨੂੰ ਰੱਖਣਾ ਇੱਕ ਚੁਣੌਤੀ ਜਿ ਮਹਿਸੂਸ ਹੋਈ ਪਰ ਮੈਂ ਆਪਣੇ ਸ਼ੌਂਕ ਨੂੰ ਮਰ ਨਹੀਂ ਦਿੱਤਾ ਤੇ ਗੇਮ ਦੇ ਗੇਮ ਦੇ ਪ੍ਰਤੀ ਗੇਮ ਦੇ ਨਾਲ-ਨਾਲ ਆ ਕੰਮ ਵੀ ਕੀਤੇ ਨਾਲ ਗੇਮ ਨੂੰ ਪਹਿਲਾਂ ਰੱਖਿਆ ਕੰਮਾਂ ਤੋਂ ਤੇ ਇੰਟਰਨੈਸ਼ਨਲ ਮੈਚ ਕਿੰਨੇ ਖੇਡੇ ਤੁਸੀਂ ਅੱਜ ਤੱਕ ਜਿਵੇਂ ਕਿ ਕੈਨੇਡਾ ਦੀ ਟੀਮ ਵੱਲੋਂ ਜੀ ਆ ਪੰਜ ਲਸਟ ਇਹ ਮੈਚ ਖੇਡੇ ਲਸਟ ਇਹ ਮੈਚ ਪੰਜ ਖੇਡੇ ਪੰਜ ਕਿਹੜੇ ਕਿਹੜੇ ਮੈਚ ਜੀ ਜ਼ਿਕਰ ਜਾ ਹੋ ਜੀ ਮੇਰੀ 2018 ਚ ਸਿਲੈਕਸ਼ਨ ਹੋਈ ਸੀ ਵੈਸਟ ਇੰਡੀਜ਼ ਟੂਰ ਤੇ ਤੇ ਉੱਥੇ ਮੈਨੂੰ ਉੱਥੇ ਪੰਜ ਲਾਸਟ ਮੈਚ ਮੇ ਖੇਡੇ ਸੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਤੁਹਾਡਾ ਆ ਵਧੀਆ ਪਰਫਾਰਮੈਂਸ ਰਹੀ 올 ਰੌਂਡ ਪਰਫਾਰਮੈਂਸ ਰਹੀ ਬੈਟਿੰਗ ਬੋਲਿੰਗ ਦੋਨੋਂ ਦੇ ਵਿੱਚ ਸੋ ਮੈਂ ਸੈਟੀਸਫਾਈਡ ਸੀਗਾ ਫਸਟ ਟੂਰ ਸੀਗਾ ਇੰਟਰਨੈਸ਼ਨਲ ਲੈਵਲ ਦਾ ਜੀ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਣਾ ਹੈ ਜਿਵੇਂ ਕਿ ਪਹਿਲੀ ਵਾਰ ਤੁਸੀਂ ਖੇਡ ਰਹੇ ਹੋ ਜੀ ਤੇ ਜ਼ਿੰਦਗੀ ਦੇ ਵਿੱਚ ਕਿਤੇ ਨਾ ਕੋਈ ਮਕਾਮ ਪਾਉਣਾ ਤਾਂ ਵੱਡੇ ਮੈਚ ਖੇਡਨੇ ਤਾਂ ਉਹ ਤਾਂ ਬਹੁਤ ਵਧੀਆ ਲੱਗਣਾ ਹੀ ਆਪਣੇ ਆਪ ਨੂੰ ਤੇ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਿਹਾ ਕਿੰਨੇ ਪੁਆਇੰਟ ਰਨ ਬਣਾਏ ਤੁਸੀਂ ਤੇ ਉਸ ਤੋਂ ਉਦੋਂ ਕਿੰਨੀਆਂ ਬੈਟਾਂ ਲਗੀਆਂ ਬੈਟਿੰਗ ਮੇਰੀ ਥੋੜੀ ਜੀ ਡਾਊਨ ਦਾ ਆਰਡਰ ਆਈ ਸੀਗੀ ਤੇ ਪੰਜਾਂ ਮੈਚਾਂ ਚ ਮੈਂ ਟੋਟਲ 56 ਸਕੋਰ ਕੀਤੇ ਲਗਭਗ 100 ਦੀ ਸਟ੍ਰਾਈਕ ਰੇਟ ਦੇ ਨਾਲ ਤੇ ਬੋਲਿੰਗ ਦੇ ਵਿੱਚ ਵੀ ਵਧੀਆ ਪਰਫਾਰਮੈਂਸ ਰਹੀ ਜੇ ਜੋ ਕਿ ਕੈਨੇਡਾ ਦੀ ক্রিকেট ਟੀਮ ਆਗੀ ਉਸ ਦੇ ਵਿੱਚ ਪੰਜਾਬੀ ਪਲੇਅਰ ਨੇ ਇੱਥੋਂ ਗਏ ਕਿ ਕੈਨੇਡੀਅਨ ਪਲੇਅਰ ਨੇ ਜ਼ਿਆਦਾ ਮੋਸਟਲੀ ਜਿਹੜੇ ਇਮੀਗ੍ਰੈਂਟ ਹੋ ਕੇ ਮੁੰਡੇ ਜੋ ਇੱਥੇ ਖੇਡਦੇ ਉੱਥੇ ਗਏ ਆ ਜੀ ਉਹ ਉਹ ਜ਼ਿਆਦਾਤਰ ਉਹ ਨੈਸ਼ਨਲ ਟੀਮ ਦੇ ਵਿੱਚ ਹੈਗੇ ਤੇ ਜਿਵੇਂ ਇੰਟਰਨੈਸ਼ਨਲ ਮੈਚਾਂ ਦੀ ਗੱਲ ਬਾਤ ਕਰੀ ਤੁਸੀਂ ਲਿਸਟ A ਦੇ ਮੈਚ ਖੇਡੇ ਤੇ ਇੰਟਰਨੈਸ਼ਨਲ ਮੈਚਾਂ ਦੇ ਲੀਨ ਨੀ ਚੋਣ ਹੋਈ ਤੁਹਾਡੀ ਆ ਇੰਟਰਨੈਸ਼ਨਲ ਮੈਂ ਉਹਨਾਂ ਦੇ ਸਿਸਟਮ ਦੇ ਵਿੱਚ ਸੀਗਾ ਅਜੇ ਤੱਕ ਵੀ ਸੀਗਾ ਪਰ ਕਿਤਨਾ ਕਿਤੇ ਜੋ ਕੋਚ ਤੇ ਹੋਰ ਕੋਚ ਜਾਂ ਟੀਮ ਸਿਲੈਕਟਰਸ ਦਾ ਕਾਈਟੇਰੀਆ ਹੁੰਦਾ ਕਿਤਨੇ ਕਿਤੇ ਮੈਨੂੰ ਹੋਰ ਇੰਪਰੂਵਮੈਂਟ ਦੀ ਲੋੜ ਲੱਗਦੀ ਆ ਜੀ ਸੋ ਮੈਂ ਇੰਪਰੂਵਮੈਂਟ ਕਰਨ ਦੀ ਲੋੜ ਹੈ ਜੀ ਆਪਣਾ ਪ੍ਰੋਪਰ ਅਪਰੂਵ ਕਰ ਰਹੇ ਹਾਂ ਜੀ ਕਰ ਰਹੇ ਹਾਂ ਜੀ ਹਾਰਡ ਵਰਕ ਜਾਰੀ ਆ ਤੇ ਬੇਸੇ ਆਪਾਂ ਕੈਨੇਡਾ ਟੀਮ ਦੀ ਗੱਲਬਾਤ ਕਰੀਏ ਜਿਵੇਂ ਕਿ ਇੰਡੀਆ ਦੀ ਟੀਮ ਹੋਈ ਪਾਕਿਸਤਾਨ ਇੰਗਲੈਂਡ ਇਹ 8 10 ਦੇਸ਼ਾਂ ਦੀਆਂ ਟੀਮਾਂ ਜੋ ਕਿ ਬਹੁਤ ਹੈਵੀ ਨੇ ਤੇ ਇਹਨਾਂ ਦੇ ਇਹਨਾਂ ਤੱਕ ਪਹੁੰਚਣ ਦੇ ਲਈ ਕੈਨੇਡਾ ਦੀ ਟੀਮ ਨੂੰ ਕਿੰਨਾ ਕੁ ਸੰਘਰਸ਼ ਕਰਨਾ ਪਵੇਗਾ ਆ ਥੋੜਾ ਜਿਹਾ ਵੈਦਰ ਦੀ ਆ ਥੋੜਾ ਵੈਦਰ ਦਾ ਫੇਸ ਕਰ ਰਿਹਾ ਕੈਨੇਡੀਅਨ ਪਲੇਅਰ 5 6 ਮਹੀਨੇ ਦੇ ਜੋ ਸੀਜ਼ਨ ਹੁੰਦਾ ਉਸ ਦੇ ਦੌਰਾਨ ਹੀ ਮੈਚਸ ਆਊਟਡੋਰ ਮੈਚ ਹੁੰਦੇ ਆ ਤੇ ਇਨ ਬਿਟਵੀਨ ਉਸ ਤੋਂ ਬਾਅਦ ਜਦ ਸਨੋਵ ਜ਼ਿਆਦਾ ਹੁੰਦੀ ਪੈਂਦੀ ਆ ਤੇ ਜ਼ਿਆਦਾਤਰ ਜਿਹੜੇ ਪਲੇਅਰ ਆ ਫਿਰ ਉਹ ਸਟਕ ਹੋ ਕੇ ਰਹਿ ਜਾਂਦੇ ਇਨਡੋਰ ਪ੍ਰੈਕਟਿਸ ਵਾਸਤੇ ਪਰ ਜੋ ਜਿੰਨਾ ਵੀ ਸੀਜ਼ਨ ਆ ਪਰ ਲਾਸਟ ਕੁਝ ਸਾਲਾਂ ਤੋਂ ਮੈਂ ਦੇਖ ਰਿਹਾ ਕੈਨੇਡੀਅਨ ਕ੍ਰਿਕਟ ਬਹੁਤ ਅਪਰੂਵ ਹੋ ਰਹੀ ਆ ਉੱਥੋਂ ਉਹਨਾਂ ਨੇ ਆਪਣੇ ਆਪ ਨੂੰ ਉਸੇ ਤਰ੍ਹਾਂ ਢਾਲ ਲਿਆ ਉਹ ਉਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਉਹਨਾਂ ਨੇ ਡਿਵੈਲਪ ਕਰ ਲਈਆਂ ਜੀ گورਨਮੈਂਟ ਪੂਰੀ سپورਟ ਕਰਦੀ ਹੈ ক্রিকেট ਨੂੰ ਤੇ گورਨਮੈਂਟ ਫੰਡਿੰਗ ਕਰਦੀ ਹੈ ਜੀ ਤੇ ਕੈਨੇਡਾ ਦੀ ਮੂਲ ਗੇਮ ਕਿਹੜੀ ਹੈ ਜਿਹੜੀ ਉੱਥੇ ਜ਼ਿਆਦਾਤਰ ਖੇਡੀ ਜਾਂਦੀ ਹੈ ਮੋਸਟਲੀ ਮੈਂ ਜ਼ਿਆਦਾ ਜਦੋਂ ਜਮ ਜਾਣਾ ਉੱਥੇ ਦੇਖਦਾ ਵੀ ਮੋਸਟਲੀ ਜਿਹੜੇ ਉੱਥੋਂ ਦੇ ਬੌਰਨ ਬੱਚੇ ਹਾਕੀ ਨੂੰ ਪ੍ਰਫਰੈਂਸ ਦਿੰਦੇ ਆ ਜੋ ਆਈਸ ਹਾਕੀ ਆ ਪਿਛਲੇ ਸਮਿਆਂ ਦੇ ਵਿੱਚ ਫੁੱਟਬਾਲ ਜ਼ਿਆਦਾ ਖੇਡੀ ਜਾਂਦੀ ਸੀ ਫੁੱਟਬਾਲ ਵੀ ਉੱਥੇ ਇੱਕ ਮੇਜਰ ਹੈਗਾ ਜਿਹੜਾ ਬਹੁਤ ਲੋਕ ਖੇਡਦੇ ਆ ਫੁੱਟਬਾਲ ਤੇ ਬਾਸਕਟਬਾਲ ਤੁਸੀਂ ਦੱਸ ਰਹੇ ਹੋ ਕਿ ਮੌਸਮ ਵੈਦਰ ਦੀ ਗੱਲ ਕਰ ਰਹੇ ਹੋ ਮੇਨ ਕਾਰਨ ਵੈਦਰ ਦਾ ਹੀ ਹੈ ਇਸ ਕਰਕੇ ਕਿ ਟੀਮ ਜਦਾ ਅਪਰੂਵ ਨਹੀਂ ਕਰ ਰਹੀ ਕਿ ਉਹਨਾਂ ਪਲੇਅਰਾਂ ਨੂੰ ਜੇ ਸਪੋਰਟ ਹੋਵੇ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਦਿੱਤਾ ਜਾਵੇ ਜਿਸ ਤੇ ਉਹ ਜਿੱਥੇ ਉਹ ਮਿਹਨਤ ਕਰਨ ਕੈਨੇਡਾ ਦੀ ਟੀਮ ਵੀ ਉੱਭਰ ਕੇ ਆਵੇ ਮੈਂ ਐਗਰੀ ਕਰਦਾ ਪਰ ਜੋ ਲਾਸਟ 5 6 ਸਾਲ 6 ਸਾਲ ਤੋਂ ਬੋਰਡ ਨੇ ਦੇਖਿਆ ਵੀ ਅਸੀਂ ਕਿਸ ਤਰ੍ਹਾਂ ਅਪਰੂਵ ਕਰ ਸਕਦੇ ਹਾਂ ਇਥੋਂ ਦੀ ਕ੍ਰਿਕਟ ਕਿਉਂਕਿ ਬਹੁਤ ਜ਼ਿਆਦਾ ਟੈਲੈਂਟਡ ਪਲੇਅਰ ਉੱਥੇ ਹੈਗੇ ਆ ਕੋਈ ਪਾਕਿਸਤਾਨ ਤੋਂ ਸਾਰੀਆਂ ਜੋ ਆਪਣੀ ਏਸ਼ੀਅਨ ਕੰਟਰੀਆਂ ਜੋ ਇਮੀਗ੍ਰੈਂਟ ਹੋ ਕੇ ਮੁੰਡੇ ਉੱਥੇ ਜਾ ਰਹੇ ਆ ਤੇ ਬੋਰਡ ਵੀ ਕਰ ਰਿਹਾ ਵੀ ਉਹਨਾਂ ਨੂੰ ਜਿਸ ਤਰ੍ਹਾਂ ਉੱਥੇ ਆਊਟ ਆਫ ਸੀਜ਼ਨ ਉਹਨਾਂ ਨੂੰ ਜਦੋਂ ਸਨੋ ਹੁੰਦੀ ਹੈ ਕੈਨੇਡਾ ਦੇ ਵਿੱਚ ਤੇ ਬੋਰਡ ਆਪਣੇ ਖਰਚੇ ਤੇ ਪਲੇਅਰਾਂ ਨੂੰ ਆਊਟ ਆਫ ਕੰਟਰੀ ਟੂਰ ਕਰਾ ਕੇ ਜੋ ਕਿ ਪਲੇਅਰ ਇਨ ਟੱਚ ਰਹੇ ਉਹਨਾਂ ਨੂੰ ਬਾਹਰ ਵੀ ਲਿਜਾ ਰਿਹਾ ਯਾਨੀ ਕਿ ਚੱਲ ਰਿਹਾ ਪ੍ਰੋਸੀਜਰ ਹਾਂਜੀ ਜਨਨ ਕਿ ਮੇਰਾ ਸਵਾਲ ਸੀ ਮੈਂ ਕਿਤੇ ਇਹ ਚੀਜ਼ ਨਹੀਂ ਚੱਲ ਰਹੀ ਮੈਂ ਇਸ ਕਰਕੇ ਸਵਾਲ ਕਰਿਆ ਸੀ ਜਨਨ ਕਿ ਉਹ ਜਹਨ ਦੇ ਵਿੱਚ ਇਹ ਗੱਲਾਂ ਉਹ ਕਰ ਰਹੇ ਨੇ ਮਿਹਨਤ ਹਾਂਜੀ ਜੀ ਤੇ ਤੁਹਾਡੀ ਚੋਣ ਕਿਵੇਂ ਹੋਈ ਕੈਨੇਡਾ ਦੀ ਲਿਸਟੇਡ ਟੀਮ ਦੇ ਵਿੱਚ ਹਾਂ ਉੱਥੇ ਇੱਕ ਲੋਕਲ ਟੂਰਨਾਮੈਂਟ ਜੋ ਤੁਸੀਂ ਕਲੱਬ ਕ੍ਰਿਕਟ ਖੇਡਦੇ ਆ ਉੱਥੇ ਤੁਹਾਡੀ ਉੱਥੋਂ ਦੀ ਪਰਫਾਰਮੈਂਸ 카ਉਂਟ ਹੋ ਕੇ ਫਿਰ ਉੱਥੋਂ ਦੇ ਜਿਵੇਂ ਆਪਾਂ ਇੱਕ ਉੱਥੇ ਵੈਸਟਰਨ T20 ਹੁੰਦਾ ਤੇ ਜੋ ਵੀ ਪਲੇਅਰ ਉੱਥੋਂ ਐਮ ਵੀ ਪੀ ਬਣਦੇ ਆ ਉਹ ਫਿਰ ਉੱਥੇ ਨਿਗਾਹ ਦੇ ਵਿੱਚ ਆ ਜਾਂਦੇ ਸਲੈਕਟਰਸ ਦੀ ਤੇ ਫਿਰ ਤੁਸੀਂ ਅ ਤੁਹਾਡਾ ਜੋ ਉੱਥੋਂ ਦਾ ਰੈਕર્ડ ਜਸ ਜ ਤੁਹਾਡੇ ਸਟਾਰਟ ਦੇਖੇ ਜਾਂਦੇ ਆ ਜੀ ਤੁਹਾਡੀ ਪਰਫਾਰਮੈਂਸ ਦੇਖੀ ਜਾਂਦੀ ਆ ਫਿਰ ਉਹਦੇ ਬੇਸਿਸ ਤੇ ਤੁਹਾਨੂੰ ਇੱਕ ਇੱਕ ਨੈਸ਼ਨਲ ਟੂਰਨਾਮੈਂਟ ਹੁੰਦਾ ਫਿਰ ਟੋਰਾਂਟੋ ਦੇ ਵਿੱਚ ਜੀ ਫਸਟ ਹੁੰਦਾ ਪ੍ਰੋਵਿੰਸ ਲੈਵਲ ਦਾ ਫਿਰ ਉੱਥੇ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੁੰਦਾ ਉੱਥੋਂ ਦੀ ਜਿਹੜੀ ਤੁਹਾਡੀ ਪਰਫਾਰਮੈਂਸ ਆ ਫਿਰ ਜੇ ਤੁਸੀਂ ਉੱਥੇ ਚੰਗਾ ਕਰ ਲੈਨੇ ਆ ਸਾਰੇ ਨੈਸ਼ਨਲ ਪਲੇਅਰ ਹੁੰਦੇ ਉੱਥੇ ਟੌਪ 40 ਫਿਰ ਤੁਹਾਨੂੰ ਆਟੋਮੈਟਿਕਲੀ ਸਿਲੈਕਟਰ ਦੀ ਨਿਗਾ ਚ ਆ ਕੇ ਤੁਹਾਡੀ ਪਿਕ ਹੁੰਦੀ ਆ ਵੈਸੇ ਕੈਨੇਡਾ ਦੀ ਟੀਮ ਆ ਜੋ ਅ ਇੰਟਰਨੈਸ਼ਨਲ ਟੀਮ ਉਹ ਕਿੰਨੇ ਕ ਮੈਚ ਖੇਡਦੀ ਹੈਗੀ ਅ ਵਿਦੇਸ਼ ਦੀਆਂ ਟੀਮਾਂ ਦੇ ਨਾਲ ਅ ਪਿਛਲੇ ਅ ਕੋਸਟ ਟਾਈਮ ਤੋਂ ਜੋ ਨੈਸ਼ਨਲ ਟੀਮ ਆ ਕਾਫੀ ਮੈਚਸ ਖੇਡਦੀ ਹੋਂ ਪਿਛਲੇ ਜੇ ਓਮਾਨ ਦਾ ਦੌਰਾ ਹੋਇਆ ਉੱਥੇ ਉਹਨਾਂ ਨੇ ਚੰਗੀ ਪਰਫਾਰਮੈਂਸ ਕੀਤੀ ਤੇ ਵਰਲਡ ਕੱਪ ਕੁਆਲੀਫਾਇਰ ਅਨਲਕੀ ਰਹੀ ਥੋੜਾ ਜਿਹਾ ਤੇ ਹੁਣ ਨੈਸ਼ਨਲ ਹੁਣ ਵਰਲਡ ਕੱਪ ਕੁਆਲੀਫਾਇਰ ਹੁਣ ਇੰਡੀਆ ਦੇ ਵਿੱਚ ਹੋ ਰਿਹਾ ਜੀ ਚਾਹ ਸੌਰੀ ਮੈਂ ਨਬੀਬੀਆ ਦੇ ਵਿੱਚ ਹੋ ਰਿਹਾ ਜੀ ਜੇ ਉੱਥੇ ਫਰਸਟ ਟੂ ਪਲੇਸਸ ਦੇ ਵਿੱਚ ਕੈਨੇਡੀਅਨ ਟੀਮ ਅਤੇ ਇੰਡੀਆ ਤੇ ਬਹੁਤ ਨੇੜੇ ਹੋ ਜਾਗੀ ਵਰਲਡ ਕੱਪ ਖੇਡਣ ਦੇ ਜੋ 2023 ਦੇ ਵਿੱਚ ਇਸੇ ਸਾਲ ਹੀ ਹੋ ਰਿਹਾ ਜੀ ਜੀ ਯੇ ਮਿਹਨਤ ਕਰਨ ਦੀ ਲੋੜ ਹੈ ਟੀਮ ਨੂੰ ਮਿਹਨਤ ਕਰ ਰਹੀ ਹੈ ਜੀ ਤੇ ਕੈਨੇਡਾ ਦੇ ਵਿੱਚ ਵੀ ਲੋਕਲ ਕਲੱਬਾਂ ਹੈਗੀਆਂ ਜਿੰਨਾਂ ਵੱਲੋਂ ਪਲੇਅਰ ਖੇਡਦੇ ਨੇ ਜਾਂ ਜੋ ਕੈਨੇਡਾ ਦਾ ਕ੍ਰਿਕਟ ਦਾ ਸਿਸਟਮ ਆ ਮੈਨੂੰ ਵਧੀਆ ਲੱਗਦਾ ਉੱਥੇ ਵੀ ਕਲੱਬਾਂ ਦੇ ਹਰੇਕ ਕਲੱਬ ਦਾ ਇੱਕ ਓਨਰ ਆ ਓਨਰ ਬਹੁਤ ਵਧੀਆ ਮੇਨਟੇਨ ਕਰ ਰਿਹਾ ਟੀਮਾਂ ਚਲਾ ਰਹੇ ਆ ਤੇ ਉੱਥੋਂ ਦੀ ਜਿਹੜੀ ਸਿਲੈਕਸ਼ਨ ਆ ਬੜੀ ਪਰਫਾਰਮੈਂਸ ਬੇਸ ਤੇ ਹੁੰਦੀ ਹੋ ਜਾਂਦੀ ਆ ਤੁਹਾਡੀ ਜੀ ਜਿਵੇਂ ਇੰਡੀਆ ਪਾਕਿਸਤਾਨ ਨਿਊਜ਼ੀਲੈਂਡ ਇੰਗਲੈਂਡ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਕਟ ਦਾ ਕ੍ਰੇਜ਼ ਆ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਕ੍ਰੇਜ਼ ਹੈ ਕਿ ਨਹੀਂ ਮੇਰੇ ਮੁਤਾਬਿਕ ਵੀ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਹੁਣ ਕਿਉਂਕਿ ਜਿਹੜੇ ਮੁੰਡੇ ਹੁਣ ਮੈਂ ਦੇਖਦਾ 18 ਸਾਲ ਦੇ 19 ਸਾਲ ਦੇ ਤੋਂ ਹਾਈਲੈਂਟਸ ਕਰਕੇ ਜਾਂਦੇ ਆ ਉਹ ਵੀ ਇਨ ਟੱਚ ਰਹਿੰਦੇ ਆ ਉਹਨਾਂ ਵਿੱਚ ਵੀ ਚੰਗੇ ਕਈ ਟੈਲੈਂਟਡ ਮੁੰਡੇ ਮਿਲ ਜਾਂਦੇ ਆ ਉਹ ਵੀ ਆਪਣੀ ਨੂੰ ਬਣਾ ਮੈਨੂੰ ਚੰਗਾ ਲੱਗਦਾ ਉਹ ਵੀ ਉੱਥੇ ਜਾ ਕੇ ਖੇਡ ਰਹੇ ਆ ਕਿ ਮੈਂ ਤੁਸੀ ਦੱਸਿਆ ਕਿ ਉੱਥੇ ਜਾ ਕੇ ਵਿਦੇਸ਼ ਖੇਡ ਰਹੇ ਆ ਜੋ ਕਿ ਹਾਈਲਾਈਟਸ ਕਰਕੇ ਜਾਂਦੇ ਆ ਤੁਸੀਂ ਵੀ ਇੱਥੋਂ ਗਏ ਤੇ ਤੁਹਾਡੇ ਨਾਲ ਹੋਰ ਵੀ ਅਲੱਗ-ਅਲੱਗ ਦੇਸ਼ਾਂ ਤੋਂ ਜਾ ਕੇ ਉੱਥੇ ਇੱਕ ਕ੍ਰਿਕਟ ਖੇਡ ਰਹੇ ਨੇ ਮੈਂ ਸ਼ਾਇਦ ਸੋਰੀ ਕਬੱਡੀ ਗਿਆ ਚੱਲਿਆ ਸੀ ਜਿਹੜਾ ਕਬੱਡੀ ਦਾ ਇੰਟਰਵਿਊ ਕਰਦਾ ਕਬੱਡੀ ਮੇਰੇ ਮੂੰਹ ਤੇ ਰਹਿੰਦੀ ਆ ਤੇ ਉੱਥੇ ਜਾ ਕੇ ਮੁੰਡੇ ਖੇਡਦੇ ਆਗੇ ਇੱਥੋਂ ਪ੍ਰੈਸ਼ਰ ਹੁੰਦਾ ਪਰਵਾਰ ਦਾ ਕਿ ਉੱਥੇ ਤੁਸੀਂ ਇੰਨਾ ਪੈਸਾ ਖਰਚ ਕਰਕੇ ਜਾ ਰਹੇ ਹੋ ਪੈਸਾ ਉਹ ਜੋ ਵਿਆਜ ਤੇ ਲਿਆ ਕਈ ਕਾਫੀ ਸਿਸਟਮ ਨੇ ਪੰਜਾਬ ਦੇ ਵਿੱਚ ਤੇ ਉਹ ਮੈਨੇਜ ਕਰ ਪਾਉਂਦੇ ਆ ਸਮਾਜ ਵਿੱਚ ਪੈਸਾ ਵੀ ਕਮਾਉਣਾ ਆਈ ਲੈਟਸ ਲਈ ਸਟੱਡੀ ਲਈ ਵੀ ਟਾਈਮ ਕੱਢਣਾ ਕਰੈਕਟ ਲਈ ਵੀ ਟਾਈਮ ਕੱਢਣਾ ਜਾਂ ਮੈਂ ਕਹਿ ਸਕਦੇ ਆ ਬੜਾ ਹਾਰਡ ਹੁੰਦਾ ਉੱਥੇ ਇੱਥੋਂ ਜਾਣਾ ਫਿਰ ਉੱਥੇ ਫੀਸਾਂ ਭਰਨੀਆਂ ਪੜ੍ਹਨਾ ਵੀ ਤੇ ਫਿਰ ਆਪਦੀਆਂ ਸ਼ਕਟਾਂ ਦਾ ਵੀ ਧਿਆਨ ਰੱਖਣਾ ਫਿਰ ਗੇਮ ਨੂੰ ਵੀ ਟਾਈਮ ਦੇਣਾ ਤੇ ਕਿਤਨੇ ਕਿਤੇ ਚੈਲੰਜ ਤਾਂ ਬਹੁਤ ਵੱਡਾ ਪਰ ਜੋ სპੋਰਟਸਮੈਨ ਆ ਵੀ ਆਪਣੇ ਤਰੀਕੇ ਨਾਲ ਹੈਂਡਲ ਕਰ ਲੈਂਦੇ ਆ ਤੁਸੀਂ ਚੈਲੰਜ ਦੀ ਗੱਲ ਕਰੀ ਆ ਤੇ ਤੁਸੀਂ ਕਿਹੜੇ ਕਿਹੜੇ ਚੈਲੰਜ ਪਾਰ ਕਰੇ ਆ ਆ ਜਦੋਂ ਮੈਂ ਕੱਲਾ ਸੀਗਾ ਬੜਾ ਹਾਰਡ ਸੀਗਾ ਮੈਨੂੰ ਹੁਣ ਵੀ ਲੱਗਦਾ ਵੀ ਕ੍ਰਿਕਟ ਖੇਡਣਾ ਫਿਰ ਕੰਮ ਵੀ ਕਰਨਾ ਨਾਲ ਤੇ ਆਪਣੇ ਰੈਂਟ ਦਾ ਖਿਆਲ ਰੱਖਣਾ ਆਪਦੀ ਸਿਹਤ ਦਾ ਖਿਆਲ ਰੱਖਣਾ ਹਰ ਇੱਕ ਚੀਜ਼ ਦਾ ਖਿਆਲ ਰੱਖਣਾ ਤੇ ਕਾਫੀ ਚੈਲੰਜਸ ਆ ਮੇਰੇ ਮੁਤਾਬਕ ਜਦੋਂ ਤੁਸੀਂ ਫੇਸ ਕਰਦੇ ਆ ਉਹ ਤੋਂ ਜ਼ਿਆਦਾ ਤੁਸੀਂ ਦੱਸ ਸਕਦੇ ਆ ਨਹੀਂ ਫਿਰ ਵੀ ਦੱਸੋ ਜੀ ਖੁੱਲ ਕੇ ਜੇ ਅਸੀਂ ਉਹੀ ਗੱਲਾਂ ਬਤਾ ਕਰਨ ਦੇ ਲਈ ਬੰਡੇ ਤੋਂ ਪਹੁੰਚਿਆ ਆ ਤੁਹਾਡੇ ਕੋਲ ਜਾਂ ਉੱਥੇ ਮੈਨ ਇੱਕ ਵੈਦਰ ਦਾ ਚੈਲੰਜ ਹੋ ਜਾਂਦਾ ਫਿਰ ਜੇ ਤੁਸੀਂ ਆਪਦੇ ਆਪ ਨੂੰ ਮੇਨਟੇਨ ਰੱਖਣਾ ਸਨੋ ਦੇ ਟਾਈਮ ਫਿਰ ਤੁਹਾਨੂੰ ਜੰਮ ਜਾਣਾ ਪੈਂਦਾ ਫਿਰ ਕਈ ਵਾਰ ਇਹੇ ਹੁੰਦਾ ਵੀ ਤੁਸੀਂ ਆਪ ਹੀ ਪ੍ਰੈਕਟਿਸ ਕਰਨੀ ਹੁੰਦੀ ਹੈ ਕੱਲਿਆਂ ਨਹੀਂ ਬੀਤ ਨੂੰ ਨਾਲ ਦਾ ਕਈ ਹੋਰ ਬੰਦਾ ਕਿੰਨਾ ਮੈਂ ਕੰਮ ਤੇ ਆ ਜੋ ਜੋ ਪੈਸ਼ਨੇਬਲ ਪਲੇਅਰ ਆ ਵੀ ਉਹਨਾਂ ਨੂੰ ਇੱਕ ਉੱਥੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਆ ਪ੍ਰੈਕਟਿਸ ਕਰਨੀ ਹੁੰਦੀ ਆ ਵੀ ਉੱਥੇ ਜੋ ਪ੍ਰੈਕਟਿਸ ਹੈਗੀ ਆ ਪਲੇਅਰਾਂ ਨੂੰ ਆ ਪੈਸੇ ਦੇ ਕੇ ਇਨਡੋਰ ਪ੍ਰੈਕਟਿਸ ਬੁੱਕ ਕਰਨੀ ਪੈਂਦੀ ਆ ਉਹ ਵੀ ਇੱਕ ਥੋੜਾ ਐਕਸਪੈਂਸ ਹੋ ਜਾਂਦਾ